ਜੀ ਜਿਹੜਾ ਸੀ ਮੁੱਖ ਮਕਸਦ ਕਿ ਜਿਹੜੇ ਵਰਕਰ ਸੀਗੇ ਹਲਕੇ ਦੇ ਉਹਨਾਂ ਨੂੰ ਅਸੀਂ ਧੰਨਵਾਦ ਕਰੀਏ ਕਿਉਂਕਿ ਸੀਜ਼ਨ ਜੀਰੀ ਦਾ ਚੱਲ ਰਿਹਾ ਪਰ ਬਹੁਤ ਜ਼ਰੂਰੀ ਸੀ ਵਰਕਰਾਂ ਦਾ ਧੰਨਵਾਦ ਕਰਨਾ ਔਰ ਅੱਗੇ ਇਹ ਧੰਨਵਾਦ ਦਾ ਮੈਸੇਜ ਜਿਨ੍ਹਾਂ ਤੋਂ ਇਹਨਾਂ ਨੇ ਕੰਮ ਲਿੱਤਾ ਸੀ ਉਹਨਾਂ ਨੂੰ ਲੈ ਕੇ ਜਾਣ ਦੇਖੋ ਜੀ ਜੋ ਮੁੱਖ ਮੰਗਾਂ ਸ਼ਤਰਾਣੇ ਹਲਕੇ ਦੀਆਂ ਨੇ ਸਭ ਤੋਂ ਪਹਿਲੇ ਮੰਡੀ ਦੀ ਹੈ ਇਹਦੀ ਨੋਟੀਫਿਕੇਸ਼ਨ ਹੋ ਗਈ ਮੇਰੇ ਖਿਆਲ 'ਚ ਫਰਵਰੀ ਦੇ ਮਹੀਨੇ ਤੋਂ ਪਹਿਲੇ ਪਹਿਲੇ 'ਚ ਇਹਦਾ ਡਿਸੀਜਨ ਕਿੱਥੇ ਹੋਣਾ ਹੋਊਗਾ ਔਰ ਮੰਡੀ ਬਣੂਗੀ ਦੂਜਾ ਇਹਨਾਂ ਨੇ ਅੱਜ ਕਾਲਜ ਦਾ ਪੁੱਛਿਆ ਸੀ ਕਿ 6 ਏਕੜ ਜ਼ਮੀਨ ਹੈਗੀ ਹੈ ਦੂਜਾ ਇਹਨਾਂ ਨੇ ਅੱਜ ਕਾਲਜ ਦਾ ਪੁੱਛਿਆ ਸੀ ਕਿ 6 ਏਕੜ ਜ਼ਮੀਨ ਹੈਗੀ ਹੈ ਉਹਦੀ ਨਿਸ਼ਾਨਦਾਹੀ ਹੋ ਕੇ ਉਹ ਹੈ ਤਾਂ ਕਾਲਜ ਦੀ ਜ਼ਮੀਨ ਪਰ ਉਹਦਾ ਡੀਮਾਰਕੇਸ਼ਨ ਹੋ ਕੇ ਕਿ ਉਹਨਾਂ ਨੂੰ ਸੌਂਪੀ ਜਾਏ ਉੱਥੇ ਸਟੇਡੀਅਮ ਬਣੇ ਇਹ ਵੀ ਅਸੀਂ ਅੱਗੇ ਲੈ ਕੇ ਜਾਵਾਂਗੇ ਟਰਾਮਾ ਸੈਂਟਰ ਔਰ ਇੱਕ ਹੈਗਾ ਪਾਰਕ ਦਾ ਸੋ ਇਹ ਸਾਰੀਆਂ ਗੱਲਾਂ ਅੱਜ ਇੱਥੋਂ ਮੈਂ ਲੈ ਕੇ ਜਾ ਰਹੀ ਹਾਂ MLA ਸਾਹਿਬ ਵੀ ਹੈਗੇ ਨੇ ਸਾਰੇ ਹੈਗੇ ਨੇ ਤਾਂ ਅਸੀਂ ਇਹਨਾਂ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਇਹਨਾਂ ਨੂੰ ਸਿਰੇ ਚੜਾਵਾਂਗੇ ਮੈਂ ਕਹਿ ਨਹੀਂ ਸਕਦੀ ਜੀ ਟਾਈਮ ਲਾਈਨ ਨਹੀਂ ਮੈਂ ਦੇ ਸਕਦੀ ਪਰ ਘੱਟ ਤੋਂ ਘੱਟ ਟਾਈਮ ਦੇ ਵਿੱਚ ਕਰਾਉਣ ਦੀ ਕੋਸ਼ਿਸ਼ ਬੱਚੇ ਤਾਂ ਪਾਸ ਹੋ ਗਏ ਨੇ SDM ਸਾਹਿਬ ਕਹਿ ਰਹੇ ਨੇ ਤਾਂ ਉਹਦੇ ਬਾਅਦ ਦੀਵਾਲ ਦੁਸਹਿਰਾ ਤਾਂ ਆ ਗਿਆ 2 ਦਿਨਾਂ ਨੂੰ ਇਸ ਦੇ ਉੱਤੇ ਔਰ ਅੱਗੇ ਦੀਵਾਲੀ ਦੇ ਆਉਣ ਦੇ ਉੱਤੇ 27 ਤਰੀਕ ਨੂੰ ਔਰ 550 ਸਾਲ ਦਾ ਪ੍ਰਕਾਸ਼ ਉਤਸਵ ਜੋ 12 ਤਰੀਕ ਨੂੰ ਆ ਰਿਹਾ ਹੈ ਉਸ ਦੇ ਲਈ ਇੱਕ ਇੱਕ ਨੂੰ ਬਹੁਤ ਬਹੁਤ ਵਧਾਈ ਬਾਈਪਾਸ ਪਾਤਰਾ ਦਾ ਬਣ ਰਿਹਾ ਉਹਦਾ ਪੈਸਾ ਵੀ ਜਾਰੀ ਹੋ ਚੁੱਕਿਆ ਪਰ ਜਿਹੜਾ ਠੇਕੇਦਾਰ ਹੈ ਉਹ ਬਹੁਤ ਚਿਰ ਤੋਂ ਉਹਨੂੰ ਲਟਕਾਇਆ ਹੀ ਜਾ ਰਿਹਾ ਦੁੱਖ ਬਹੁਤ ਦੁਖੀ ਰਹੇ ਚਲੋ ਇਹਦਾ ਪਤਾ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਇੱਕ ਇੱਕ ਸ਼ਹਿਰ ਦੇ ਵਿੱਚ ਇਹ ਸ਼ੁਰੂਆਤ ਹੋਈ ਹੈ ਔਰ ਇਹ ਮੈਂ ਅਪੀਲ ਕਰਦੀ ਹਾਂ ਇੱਕ ਇੱਕ ਨਾਗਰਿਕ ਨੂੰ ਕਿ ਆਪਣੀ ਜ਼ਿੰਮੇਵਾਰੀ ਸਮਝ ਕੇ ਜਿੰਨੀ ਦੇਰ ਉਹ ਪਲਾਸਟਿਕ ਨੂੰ ਨਾ ਨਹੀਂ ਕਰਦੇ ਉਦੋਂ ਤੱਕ ਅਸੀਂ ਮੁਕਤ ਨਹੀਂ ਹੋ ਸਕਦੇ ਅਸੀਂ ਜਿੰਨਾ ਮਰਜ਼ੀ ਪ੍ਰਯਾਸ ਕਰੀਏ ਇੱਕ ਵਾਰੀ ਸਾਫ਼ ਕਰੀਏ 2 ਵਾਰੀ ਕਰੀਏ ਪਰ ਜਿਹੜੇ ਨਾਗਰਿਕ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਉਹ ਇਸ ਨੂੰ ਨਾ ਕਰਨ ਤਾਂ ਮੇਰੇ ਖਿਆਲ 'ਚ ਮੁਕਤ ਹੋ ਜਾਊਗਾ ਔਰ ਹੋਊਗਾ ਕਿਉਂਕਿ ਮੈਂ ਦੇਖਿਆ ਕਿ ਜਿੰਨਾ ਹੁਣ ਸਾਰਿਆਂ ਨੂੰ ਇਹਦੀ ਸਮਝ ਆ ਰਹੀ ਹੈ ਉਹਦੇ ਉੱਤੇ ਅਮਲ ਵੀ ਸ਼ੁਰੂਆਤ ਹੋ ਗਿਆ ਹੋਣਾ ਨਗਰ ਕੀਰਤਨ ਦਿੱਲੀ ਤੋਂ ਸ਼ੁਰੂਆਤ ਹੋ ਰਿਹਾ ਹੈ ਆਪਣੇ ਸਰਨਾ ਸਾਹਿਬ ਲੈ ਕੇ ਆ ਰਹੇ ਨੇ ਔਰ ਉਹ ਉਹਨਾਂ ਦੀ ਪਰਮਿਸ਼ਨ ਮਿਲੀ ਹੈ ਨਨਕਾਣਾ ਸਾਹਿਬ ਤੱਕ ਤਾਂ ਉਹ ਲੈ ਕੇ ਆ ਰਹੇ ਨੇ ਸ਼ੰਭੂ ਬਾਰਡਰ 'ਤੇ 28 ਤਰੀਕ ਨੂੰ ਪਹੁੰਚ ਰਹੇ ਨੇ ਅਸੀਂ ਉਹਨਾਂ ਨੂੰ ਰਿਸੀਵ ਕਰਾਂਗੇ ਸਟੇਟ ਉਹਨਾਂ ਨੂੰ ਪੂਰੀ ਸਟੇਟ ਦੀ ਜੋ ਦਰਜਾ ਉਹ ਦੇ ਕੇ ਲੈ ਕੇ ਆਉਣਗੇ ਬਾਕੀ ਵੀ ਮੇਰੇ ਖਿਆਲ 'ਚ ਨਗਰ ਕੀਰਤਨ ਜੋ SDPC ਵਗੈਰਾ ਕੱਢਣਗੇ ਉਹਨਾਂ ਨੂੰ ਵੀ ਪੂਰਾ ਸਵਾਗਤ ਜਿਹੜੇ ਨਿਕਲਣਗੇ ਹੋਰ ਵੀ SDPC ਜਿਹੜੇ ਵੀ ਕੱਢਣਗੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੋਊਗਾ ਔਰ ਸਟੇਟ ਲੈਵਲ ਤੇ ਸਵਾਗਤ ਹੋਊਗਾ ਅੱਜ ਮਹਾਰਾਣੀ ਸਾਹਿਬ ਦਾ ਸ਼ਤਾਨੇ ਹਲਕੇ ਦੇ ਵਿੱਚ ਜੋ ਕਾਂਗਰਸ ਦੀ ਸਰਕਾਰ ਦਾ ਪਾਰਟੀ ਦਾ ਧੰਨਵਾਦ ਕਰਨ ਲਈ ਆਏ ਨੇ ਇਸ ਲਈ ਮਹਾਰਾਣੀ ਸਾਹਿਬ ਦਾ ਮੈਂ ਆਪਦੇ ਵੱਲੋਂ ਇਹ ਸਾਰੇ ਹਲਕੇ ਸ਼ਤਾਨੇ ਦੇ ਕਾਂਗਰਸ ਦੀ ਵਰਕਰਾਂ ਵੱਲੋਂ ਜੀ ਆਖਦਾ ਧੰਨਵਾਦ ਕਰਦਾ ਜਿਹੜੇ ਅੱਜ ਵਰਕਰਾਂ ਦਾ ਸਾਹਮਣਾ ਦੇਣ ਲਈ ਉਹਨਾਂ ਧੰਨਵਾਦ ਕਰਨ ਲਈ